प्यारे विद्यार्थियों स्वागत है ਤੁਹਾਡਾ ਅੰਮ੍ਰਿਤ ਸੀਨੀਅਰ ਸਕੈਂਡੀ ਸਕੂਲ ਦੇ ਆਨਲਾਈਨ ਸਟੱਡੀ ਤੇ YouTube ਚੈਨਲ ਤੇ ਅੱਜ ਅਸੀਂ ਆਪਣੀ 8ਵੀਂ ਸ਼੍ਰੇਣੀ ਦੀ ਪਾਠ ਪੁਸਤਕ ਦੁੱਜੀ ਭਾਸ਼ਾ ਵਿੱਚੋਂ ਪਾਠ ਨੰਬਰ 7 ਸਫਲਤਾਮਕ ਅਤੇ ਅਸਫਲਤਾਮਕ ਪੜਨ ਜਾ ਰਹੇ ਹਾਂ ਜੋ ਕਿ ਦਲੀਪ ਸਿੰਘ ਵਾਸਨ ਜੀ ਦੁਆਰਾ ਲਿਖਿਆ ਗਿਆ ਹੈ ਅੱਜ ਅਸੀਂ ਉਹਨਾਂ ਦੁਆਰਾ ਲਿਖਿਆ ਲੇਖ ਪੜਨ ਜਾ ਰਹੇ ਹਾਂ ਆਓ ਪਹਿਲਾਂ ਅਸੀਂ ਕੁਝ ਸ਼ਬਦਾਂ ਰਾਹੀਂ ਇਸ ਪਾਠ ਬਾਰੇ ਜਾਣੀਏ ਸਫਲਤਾਵਾਂ ਅਤੇ ਅਸਫਲਤਾਵਾਂ ਜਿੱਤਾਂ ਤੇ ਹਾਰਾਂ ਸਾਡੀ ਜ਼ਿੰਦਗੀ ਦੇ ਦੋ ਪਹਿਲੂ ਹਨ ਜੋ ਸਾਰੀ ਉਮਰ ਸਾਡੇ ਨਾਲ ਚੱਲਦੇ ਹਨ ਉਮੀਦ ਹੀ ਸਾਨੂੰ ਸਫਲਤਾ ਅਤੇ ਸਫਲਤਾ ਦੇ ਮੁਕਾਬਲੇ ਪਹੁੰਚਾਉਂਦੀ ਹੈ ਅਸਫਲਤਾ ਆਉਂਦੇ ਸਾਨੂੰ ਆਪਣੀ ਜ਼ਿੰਦਗੀ ਵਿੱਚ ਕਦੇ ਘਬਰਾਉਣਾ ਨਹੀਂ ਚਾਹੀਦਾ ਸਗੋਂ ਪੂਰੇ ਜੋਸ਼ ਨਾਲ ਉਸ ਨੂੰ ਹਰਾ ਕੇ ਉਸ ਉੱਤੇ ਜਿੱਤ ਪ੍ਰਾਪਤ ਕਰਨੀ ਚਾਹੀਦੀ ਹੈ ਆਓ ਹੁਣ ਪਾਠ ਸ਼ੁਰੂ ਕਰਦੇ ਹਾਂ ਮਨੁੱਖ ਦਾ ਸਾਰਾ ਜੀਵਨ ਇੱਕ ਸੰਘਰਸ਼ ਹੈ ਇੱਕ ਕੋਲ ਹੈ ਇਸ ਸੰਘਰਸ਼ ਵਿੱਚ ਜਿੱਤਾਂ ਵੀ ਪ੍ਰਾਪਤ ਹੁੰਦੀਆਂ ਹਨ ਤੇ ਇਸ ਕੋਲ ਵਿੱਚ ਬੰਦਾ ਹਾਰਦਾ ਵੀ ਹੈ ਦੁਨੀਆ ਵਿੱਚ ਕੋਈ ਅਜਿਹਾ ਆਦਮੀ ਨਹੀਂ ਹੈ ਜੋ ਹਮੇਸ਼ਾ ਜਿੱਤਦਾ ਹੀ ਹੋਵੇ ਇਸੇ ਤਰ੍ਹਾਂ ਕੋਈ ਅਜਿਹਾ ਬਦਕਿਸਮਤ ਵੀ ਨਹੀਂ ਹੈ ਜੋ ਹਮੇਸ਼ਾ ਹਾਰਦਾ ਹੀ ਹੋਵੇ ਜਿੱਤਾ ਤੇ ਹਾਰਾ ਦੋਵੇਂ ਨਾਲ-ਨਾਲ ਚੱਲਦੀਆਂ ਰਹਿੰਦੀਆਂ ਹਨ ਪਿਆਰੇ ਵਿਦਿਆਰਥੀਓ ਇਹ ਗੱਲ ਬਿਲਕੁਲ ਸੱਚ ਹੈ ਕਿ ਸਾਡਾ ਜੀਵਨ ਇੱਕ ਸੰਘਰਸ਼ ਹੈ ਸਾਨੂੰ ਆਪਣੇ ਜੀਵਨ ਵਿੱਚ ਜਿੱਤਾ ਵੀ ਪ੍ਰਾਪਤ ਹੁੰਦੀਆਂ ਹਨ ਤੇ ਹਾਰਾਂ ਵੀ ਪਰ ਜੇਕਰ ਤੁਹਾਨੂੰ بار-बार ਯਤਨ ਕਰਨ ਤੇ ਵੀ ਅਸਫਲਤਾਵਾਂ ਪ੍ਰਾਪਤ ਹੁੰਦੀਆਂ ਹਨ ਤਾਂ ਕਦੇ ਵੀ ਇਹ ਨਾ ਸੋਚੋ ਕਿ ਮੈਂ ਬਹੁਤ ਬਦਕਿਸਮਤ ਹਾਂ ਕਿਉਂਕਿ ਦੁਨੀਆ ਵਿੱਚ ਕੋਈ ਵੀ ਅਜਿਹਾ ਇਨਸਾਨ ਨਹੀਂ ਜੋ ਹਮੇਸ਼ਾ ਜਿੱਤਦਾ ਹੋਵੇ ਜਾਂ ਹਾਰਦਾ ਹੋਵੇ ਪਰ ਕੋਸ਼ਿਸ਼ ਕਰਨ ਨਾਲ ਸਾਨੂੰ ਜਿੱਤ ਜ਼ਰੂਰ ਪ੍ਰਾਪਤ ਹੁੰਦੀ ਹੈ ਜਦੋਂ ਅਸੀਂ ਸਫਲ ਹੋ ਜਾਂਦੇ ਹਾਂ ਤਾਂ ਅਸੀਂ ਖੁਸ਼ ਹੋ ਜਾਂਦੇ ਹਾਂ ਜਦੋਂ ਅਸੀਂ ਅਸਫਲ ਹੁੰਦੇ ਹਾਂ ਤਾਂ ਅਸੀਂ ਦੁਖੀ ਹੁੰਦੇ ਹਾਂ ਇਸ ਸੰਸਾਰ ਦੇ ਦੁੱਖ ਸਾਡੀਆਂ ਹਾਰਾਂ ਵਿੱਚੋਂ ਜਾਂਦੇ ਹਨ ਅਤੇ ਸੁੱਖਾਂ ਦਾ ਕਾਰਨ ਸਾਡੀਆਂ ਜਿੱਤਾਂ ਹੁੰਦੀਆਂ ਹਨ ਜੇਕਰ ਅਸੀਂ ਖੁਸ਼ ਰਹਿਣਾ ਚਾਹੁੰਦੇ ਹਾਂ ਤਾਂ ਸਾਨੂੰ ਜਿੱਤਾਂ ਪ੍ਰਾਪਤ ਕਰਨੀਆਂ ਪੈਣਗੀਆਂ ਜਿੱਤਾਂ ਪ੍ਰਾਪਤ ਕਰਨ ਲਈ ਸਾਨੂੰ ਮਿਹਨਤ ਕਰਨੀ ਪਵੇਗੀ ਜੇਕਰ ਅਸੀਂ ਮਿਹਨਤ ਨਹੀਂ ਕਰਾਂਗੇ ਤਾਂ ਅਸੀਂ ਅਸਫਲ ਹੋ ਜਾਵਾਂਗੇ ਪਿਆਰੇ ਵਿਦਿਆਰਥੀਓ ਅੱਗੇ ਪੜਨ ਤੋਂ ਪਹਿਲਾਂ ਆਓ ਤੁਹਾਨੂੰ ਪੂਰੇ ਵਿਸਥਾਰ ਨਾਲ ਸਮਝਾਈਏ ਕਿ ਸਾਨੂੰ ਅਸਫਲ ਜਦੋਂ ਅਸੀਂ ਹੁੰਨੇ ਹਾਂ ਤਾਂ ਸਾਨੂੰ ਕਦੀ ਵੀ ਦੁਖੀ ਨਹੀਂ ਹੋਣਾ ਚਾਹੀਦਾ ਇੱਥੇ ਅਸੀਂ ਤੁਹਾਨੂੰ ਮਹਾਨ ਇਬਰਾਹਿਮ ਲਿੰਕਨ ਦੀ ਜੀਵਨ ਦੀ ਉਦਾਹਰਣ ਦੇਖਦੇ ਹਾਂ ਉਹ ਆਪਣੇ ਆਪ ਨੂੰ ਦੁਨੀਆ ਦਾ ਸਭ ਤੋਂ ਅਸਫਲ ਇਨਸਾਨ ਸਮਝਦਾ ਸੀ ਕਿਉਂਕਿ ਉਸ ਨੂੰ ਆਪਣੀ ਜ਼ਿੰਦਗੀ ਦੀ ਸ਼ੁਰੂਆਤ ਵਿੱਚ ਹੀ ਅਸਫਲਤਾਵਾਂ ਦਾ ਸਾਹਮਣਾ ਕਰਨਾ ਪਿਆ ਅਖੀਰ ਅੱਧੀ ਉਮਰ ਤੱਕ ਆ ਕੇ ਵੀ ਹਰ ਵਾਰ ਹਰ ਕੰਮ ਵਿੱਚ ਉਸ ਨੂੰ ਅਸਫਲਤਾ ਹੀ ਮਿਲੀ ਪਰ ਉਸਨੇ ਕਦੇ ਵੀ ਹੌਸਲਾ ਨਾ ਛੱਡਿਆ ਤੇ ਆਖਰ 52 ਸਾਲ ਦੀ ਉਮਰ ਵਿੱਚ ਉਸ ਨੂੰ ਅਮਰੀਕਾ ਦਾ ਰਾਸ਼ਟਰਪਤੀ ਚੁਣਿਆ ਗਿਆ ਇਸੇ ਤਰ੍ਹਾਂ ਹੀ ਸਾਨੂੰ ਵੀ ਆਪਣੀ ਜ਼ਿੰਦਗੀ ਵਿੱਚ ਜਿੱਤਾਂ ਪ੍ਰਾਪਤ ਕਰਨ ਲਈ ਲਗਾਤਾਰ ਮਿਹਨਤ ਕਰਨੀ ਪਵੇਗੀ ਇਹ ਜ਼ਿੰਦਗੀ ਇੱਕ ਸੰਘਰਸ਼ ਹੈ ਇਸ ਲਈ ਸਾਨੂੰ ਕਦੇ ਅਵੇਸਲੇ ਨਹੀਂ ਹੋਣਾ ਚਾਹੀਦਾ ਜਿੱਤੇ ਕਿਦਰੇ ਵੀ ਅਸੀਂ ਅਵੇਸਲੇ ਹੋ ਜਾਂਦੇ ਹਾਂ ਵਧੀਆ ਮੌਕੇ ਸਾਡੇ ਹੱਥੋਂ ਨਿਕਲ ਜਾਂਦੇ ਹਨ ਕਹਿੰਦੇ ਹਨ ਕਿ ਵਧੀਆ ਮੌਕੇ ਹਰੇਕ ਨੂੰ ਨਸੀਬ ਹੁੰਦੇ ਹਨ ਇਹ ਮੌਕੇ ਸਾਡੇ ਅੱਗੇ ਪਿੱਛੇ ਪਏ ਫਿਰਦੇ ਹਨ ਸਾਡੇ ਕੋਲੋ ਇਹਨਾਂ ਵਧੀਆ ਮੌਕਿਆਂ ਦੀ شناਖਤ ਨਹੀਂ ਹੁੰਦੀ ਅਸੀਂ ਉਹਨਾਂ ਨੂੰ ਪਕੜ ਨਹੀਂ ਸਕਦੇ ਜਿਹੜੇ ਲੋਕੀ ਵਧੀਆ ਮੌਕਿਆਂ ਦੀ شناਖਤ شناਖਤ ਵੀ ਕਰ ਲੈਂਦੇ ਹਨ ਅਤੇ ਉਹਨਾਂ ਉੱਪਰ ਆਪਣੀ ਪਕੜ ਵੀ ਮਜ਼ਬੂਤ ਕਰ ਲੈਂਦੇ ਹਨ ਉਹਨਾਂ ਲੋਕਾਂ ਦੇ ਨਾਂ ਕਾਮਯਾਬ ਇਨਸਾਨ ਦੀ ਸੂਚੀ ਵਿੱਚ ਦਰਜ ਹੋ ਜਾਂਦੇ ਹਨ ਬਾਕੀ ਅਸੀਂ ਸਾਰੇ ਅਸਫਲ ਲੋਕ ਹਾਂ ਅਸੀਂ ਮੌਕਿਆਂ ਦੀ شناਖਤ ਕਰਨ ਦੀ ਕਦੀ ਕੋਸ਼ਿਸ਼ ਹੀ ਨਹੀਂ ਕਰਦੇ ਅਸੀਂ ਅਵੇਸਲੇ ਹੀ ਰਹਿੰਦੇ ਹਾਂ ਵਧੀਆ ਮੌਕੇ ਆਉਂਦੇ ਹਨ ਆ ਕੇ ਚਲੇ ਜਾਂਦੇ ਹਨ ਪਰ ਸਾਡੇ ਪੱਲੇ ਕੁਝ ਨਹੀਂ ਪੈਂਦਾ ਪਿਆਰੇ ਵਿਦਿਆਰਥੀਓ ਅੱਜ ਹਰ ਇਨਸਾਨ ਨੂੰ ਆਪਣੀ ਸਫਲਤਾ ਦੀ ਚਿੰਤਾ ਲੱਗੀ ਰਹਿੰਦੀ ਹੈ ਪਰ ਸਫਲਤਾ ਸਿਰਫ ਉਸ ਦੇ ਹੱਥ ਹੀ ਆਉਂਦੀ ਹੈ ਜੋ ਇਸ ਨੂੰ ਪਾਉਣ ਦੀ ਇੱਛਾ ਰੱਖਦੇ ਹਨ ਸਾਡੇ ਵਿੱਚੋਂ ਬਹੁਤੇ ਤਾਂ ਸਫਲਤਾ ਦੇ ਬਿਲਕੁਲ ਨੇੜੇ ਪਹੁੰਚ ਕੇ ਹੌਂਸਲਾ ਛੱਡ ਦਿੰਦੇ ਹਨ ਤੇ ਕਾਮਯਾਬ ਵੀ ਹੋ ਕੇ ਨਾਕਾਮਜਬ ਹੋ ਜਾਂਦੇ ਹਨ ਸਫਲ ਤੇ ਅਸਫਲ ਵਿਅਕਤੀਆਂ ਵਿੱਚ ਸਿਰਫ ਕੁਝ ਮਾਮੂਲੀ ਜਿਹਾ ਫਰਕ ਹੁੰਦਾ ਹੈ ਉਹ ਹੁੰਦਾ ਹੈ ਸੋਚ ਤੇ ਹੌਸਲੇ ਦਾ ਸਫਲਤਾ ਨੂੰ ਪ੍ਰਾਪਤ ਕਰ ਲਈ ਸਭ ਤੋਂ ਜ਼ਰੂਰੀ ਹੈ ਹਾਂ ਪੱਖੀ ਸੋਚਦਾ ਹੋਣਾ ਜਿਵੇਂ 100 ਮੀਟਰ ਦੌੜ ਵਿੱਚ ਪਹਿਲੇ ਸਥਾਨ ਤੇ ਰਹਿਣ ਵਾਲੇ ਅਤੇ ਦੂਜੇ ਸਥਾਨ ਤੇ ਰਹਿਣ ਵਾਲੇ ਐਥਲੀਟਾਂ ਵਿੱਚ ਸਿਰਫ ਸਕਿੰਟਾਂ ਦਾ ਫਰਕ ਹੁੰਦਾ ਹੈ ਇਸੇ ਤਰ੍ਹਾਂ ਹੀ ਸਫਲ ਤੇ ਅਸਫਲ ਇਨਸਾਨ ਵਿੱਚ ਸਭ ਕੁਝ ਇੱਕਸਾਰ ਹੁੰਦਾ ਹੈ ਅਸਫਲਤਾਵਾਂ ਮਨੁੱਖ ਨੂੰ ਨਿਰਾਸ਼ ਕਰਦੀਆਂ ਹਨ ਇਹ ਨਿਰਾਸ਼ਾ ਮਨੁੱਖੀ ਸ਼ਕਤੀ ਘਟਾ ਕੇ ਰੱਖ ਦਿੰਦੀ ਹੈ ਬੰਦੇ ਦਾ ਵਿਅਕਤੀਤਵ ਹੀ ਖਰਾਬ ਹੋ ਕੇ ਰਹਿ ਜਾਂਦਾ ਹੈ ਨਿਰਾਸ਼ਾ ਇੱਕ ਹੋਰ ਨਿਰਾਸ਼ਾ ਨੂੰ ਜਨਮ ਦਿੰਦੀ ਹੈ ਇਸੇ ਕਰਕੇ ਸਿਆਣੇ ਕਹਿੰਦੇ ਹਨ ਕਿ ਨਿਰਾਸ਼ਾ ਪੈਦਾ ਕਰਨ ਵਾਲੇ ਮੌਕਿਆਂ ਤੋਂ ਬਚਣਾ ਚਾਹੀਦਾ ਹੈ ਅਸੀਂ ਉਹ ਮੌਕੇ ਪੈਦਾ ਕਰ ਲਈਏ ਜਿੱਥੇ ਜਿੱਤਾਂ ਹਨ ਖੁਸ਼ੀਆਂ ਹਨ ਨਿੱਕੀ ਜਿਹੀ ਜਿੱਤ ਵੀ ਖੁਸ਼ੀ ਪ੍ਰਦਾਨ ਕਰਦੀ ਹੈ ਜੇਕਰ ਅਸੀਂ ਵੱਡੇ ਮੌਕਿਆਂ ਦੀ ਪਕੜ ਨਹੀਂ ਕਰ ਸਕਦੇ ਤਾਂ ਕੀ ਹੋਇਆ ਅਸੀਂ ਨਿੱਕੇ-ਨਿੱਕੇ ਮੌਕਿਆਂ ਦਾ ਲਾਪਤਾ ਉਠਾ ਸਕਦੇ ਹਾਂ ਤੇ ਨਿੱਕੀ ਜਹੀ ਜਿੱਤ ਵੀ ਵੱਡੀ ਜਿੱਤ ਜਿੰਨੀ ਖੁਸ਼ੀ ਦਿੰਦੀ ਹੈ ਨਿਰਾਸ਼ਾ ਤੋਂ ਬਚਣ ਲਈ ਨਿੱਕੀਆਂ-ਨਿੱਕੀਆਂ ਜਿੱਤਾਂ ਵੱਲ ਧਿਆਨ ਦੇਣ ਦੀ ਜ਼ਰੂਰਤ ਹੈ ਅੱਜ ਅਸੀਂ ਨਿੱਕੀਆਂ ਜਿੱਤਾਂ ਪ੍ਰਾਪਤ ਕਰਦੇ ਹਾਂ ਕੱਲ ਅਸੀਂ ਵੱਡੀਆਂ ਜਿੱਤਾਂ ਵੀ ਪ੍ਰਾਪਤ ਕਰ ਸਕਦੇ ਹਾਂ ਆਖਰ ਜਿੱਤਾਂ ਦਾ ਸਿਲਸਿਲਾ ਕਿਸੇ ਨਾ ਕਿਸੇ ਸਿਰਿਓਂ ਤਾਂ ਸ਼ੁਰੂ ਕਰਨਾ ਹੀ ਹੁੰਦਾ ਹੈ ਆਓ ਇਸ ਨੂੰ ਪੂਰੇ ਵਿਸਥਾਰ ਨਾਲ ਜਾਣੀਏ ਜਿਆਦਾਤਰ ਇਨਸਾਨ ਸਫਲਤਾ ਪ੍ਰਾਪਤ ਕਰਨ ਲਈ ਪੂਰੀ ਤਾਕਤ ਲਗਾ ਦਿੰਦਾ ਹੈ ਪਰ ਜੇ ਸਫਲਤਾ ਨਾ ਪ੍ਰਾਪਤ ਹੋਵੇ ਤਾਂ ਨਿਰਾਸ਼ ਹੋ ਜਾਂਦੇ ਹਨ ਪਰ ਜਦੋਂ ਉਹ ਸਫਲਤਾ ਦੀ ਪੌੜੀ ਤੇ ਆਖਰੀ ਡੰਡਿਆ ਤੇ ਪਹੁੰਚਣ ਵਾਲੇ ਹੁੰਦੇ ਹਨ ਤਾਂ ਆਪਣਾ ਹੌਂਸਲਾ ਛੱਡ ਦਿੰਦੇ ਹਨ ਪਰ ਸਾਨੂੰ ਆਪਣੀ ਜ਼ਿੰਦਗੀ ਵਿੱਚ ਛੋਟੀਆਂ ਛੋਟੀਆਂ ਜਿੱਤਾਂ ਤੋਂ ਹੀ ਖੁਸ਼ੀ ਪ੍ਰਾਪਤ ਕਰਨੀ ਚਾਹੀਦੀ ਹੈ ਕਿਉਂਕਿ ਇਹ ਛੋਟੀਆਂ ਜਿੱਤਾਂ ਹੀ ਵੱਡੀ ਖੁਸ਼ੀ ਦਿੰਦੀਆਂ ਹਨ ਜਦੋਂ ਕੋਈ ਪੱਕੀ ਤਾਰ ਲੈਂਦਾ ਹੈ ਕਿ ਉਸਨੇ ਜਿੱਤ ਪ੍ਰਾਪਤ ਕਰਨੀ ਹੀ ਹੈ ਤਾਂ ਕੋਈ ਨਾ ਕੋਈ ਹਿਲਾ-ਵਿਸਲਾ ਵਿਲੱਬ ਵੀ ਪੈਂਦਾ ਹੈ ਟੀਚਾ ਮਿੱਥ ਲਈਏ ਤਾਂ ਤਰੀਕਾ ਵੀ ਲੱਭ ਪੈਂਦਾ ਹੈ ਜਿੱਤ ਪ੍ਰਾਪਤ ਕਰਨ ਦੀ ਖਾਹਿਸ਼ ਕਰਨ ਨਾਲ ਹੀ ਤਰਕੀਬਾ ਸੁੱਝ ਪੈਂਦੀਆਂ ਹਨ ਜਿੱਤਾਂ ਪ੍ਰਾਪਤ ਕਰਨਾ ਇੱਕ ਆਦਤ ਬਣਾ ਲੈਣੀ ਚਾਹੀਦੀ ਹੈ ਜੇਕਰ ਕਦੇ ਕਿਸੇ ਹਾਰ ਦਾ ਸਾਹਮਣਾ ਕਰਨਾ ਪੈ ਹੀ ਜਾਵੇ ਤਾਂ ਸਾਨੂੰ ਹੌਸਲਾ ਨਹੀਂ ਛੱਡਣਾ ਚਾਹੀਦਾ ਹਮਲਾ ਮਾਰੋ ਮਿਹਨਤ ਕਰੋ ਤੇ ਤੁਸੀਂ ਜਿੱਤ ਪ੍ਰਾਪਤ ਕਰ ਲਵੋਗੇ ਕਈ ਵਾਰ ਕਿਸੇ ਹਾਰ ਵਿੱਚੋਂ ਵੀ ਉਦਦਮ ਕਰਨ ਨਾਲ ਜਿੱਤ ਪ੍ਰਾਪਤ ਹੋ ਜਾਂਦੀ ਹੈ ਜਿਸ ਨਾਲ ਤੁਸੀਂ ਆਪ ਤੁਹਾਡਾ ਪਰਿਵਾਰ ਅਤੇ ਤੁਹਾਡਾ ਆਲਾ ਦੁਆਲਾ ਖੁਸ਼ਹਾਲ ਹੋ ਜਾਂਦਾ ਹੈ ਇੱਥੇ ਅਸੀਂ ਤੁਹਾਨੂੰ ਪ੍ਰਸਿੱਧ ਵਿਗਿਆਨੀ ਥਾਮਸ ਐਡੀਸਨ ਬਾਰੇ ਦਸੀਏ ਥਾਮਸ ਐਡੀਸਨ ਜਿਸ ਨੇ ਦੁਨੀਆ ਨੂੰ ਚਾਨਣ ਦਾ ਤੋਹਫਾ ਦਿੱਤਾ ਉਹ ਵੀ ਬਲਬ ਦੀ ਖੋਜ ਕਰਕੇ ਕਰਦੇ ਸਮੇਂ 5000 ਤੋਂ ਵੱਧ ਵਾਰ ਅਸਫਲ ਹੋਇਆ ਜਿਉਂ ਐਨੀਆਂ ਕੋਸ਼ਿਸ਼ਾਂ ਤੋਂ ਬਾਅਦ ਵੀ ਆਪਣਾ ਹੌਂਸਲਾ ਛੱਡ ਕੇ ਹਾਰ ਮੰਨ ਲੈਂਦਾ ਤਾਂ ਅੱਜ ਅਸੀਂ ਸ਼ਾਇਦ ਹਨੇਰੇ ਵਿੱਚ ਹੀ ਹੁੰਦੇ ਇਸੇ ਤਰ੍ਹਾਂ ਹੀ ਜੇਕਰ ਸਾਨੂੰ ਆਪਣੀ ਜ਼ਿੰਦਗੀ ਵਿੱਚ ਕਿਸੇ ਹਾਰ ਦਾ ਸਾਹਮਣਾ ਕਰਨਾ ਪਵੇ ਤਾਂ ਸਾਨੂੰ ਹੌਂਸਲਾ ਨਹੀਂ ਛੱਡਣਾ ਚਾਹੀਦਾ ਸਗੋਂ بار-बार ਯਤਨ ਕਰਦੇ ਰਹਿਣਾ ਚਾਹੀਦਾ ਹੈ ਇਹ ਕਦੇ ਨਾ ਸੋਚੋ ਕਿ ਕੰਮ ਆਪੇ ਹੋ ਜਾਵੇਗਾ ਕਹਿੰਦੇ ਹਨ ਰੱਬ ਵੀ ਉਹਨਾਂ ਦੀ ਮਦਦ ਕਰਦਾ ਹੈ ਜੋ ਆਪਣੀ ਮਦਦ ਆਪ ਕਰਦੇ ਹਨ ਹਰ ਕੰਮ ਕੀਤਾ ਹੀ ਹੋਣਾ ਹੈ ਸਿਰਫ ਪ੍ਰਾਰਥਨਾ ਕਰਕੇ ਬੈਠ ਰਹੇ ਰਹਿਣਾ ਠੀਕ ਨਹੀਂ ਹੈ ਪ੍ਰਾਰਥਨਾ ਤੁਹਾਨੂੰ ਹੌਸਲਾ ਦੇ ਸਕਦੀ ਹੈ ਪਰ ਕੰਮ ਸੀਰੇ ਚੱਲਣ ਲਈ ਉਦਮ ਕਰਨਾ ਪੈਂਦਾ ਹੈ ਯਤਨ ਕਰਨਾ ਪੈਂਦਾ ਹੈ ਤੇ ਇਹ ਲਾਜ਼ਮੀ ਵੀ ਹੈ ਲਾਜ਼ਮੀ ਜ਼ਰੂਰੀ ਵੀ ਹੈ प्यारे विद्यार्थियों ਸਾਨੂੰ ਕਦੇ ਇਹ ਨਹੀਂ ਸੋਚਣਾ ਚਾਹੀਦਾ ਕਿ ਕੰਮ ਆਪੇ ਹੀ ਹੋ ਜਾਵੇਗਾ ਕਿਉਂਕਿ ਹਰ ਕੰਮ ਕਰਨ ਲਈ ਯਤਨ ਕਰਨਾ ਪੈਂਦਾ ਹੈ ਤੇ ਰੱਬ ਵੀ ਉਹਨਾਂ ਦੀ ਮਦਦ ਕਰਦਾ ਹੈ ਜੋ ਆਪਣੀ ਮਦਦ ਆਪ ਕਰਦੇ ਹਨ ਅਸੀਂ ਦੇਖਦੇ ਹਾਂ ਕਿ ਸਾਡੇ ਵਰਗੇ ਮਨੁੱਖਾਂ ਨੇ ਇਸ ਦੁਨੀਆ ਵਿੱਚ ਕੀ ਕੁਝ ਬਣਾ ਦਿੱਤਾ ਹੈ ਇਹ ਉਹ ਲੋਕ ਹੀ ਹਨ ਜਿਨ੍ਹਾਂ ਦੇ ਮਨ ਅੰਦਰ ਕੁਝ ਕਾਰੂ ਖਾਣ ਦੀ ਖੁਆਇਸੀ ਇਸੇ ਖਾਸ਼ ਨੇ ਉਹਨਾਂ ਦੀ ਜਿੱਤ ਸਿਰੇ ਲਾ ਦਿੱਤੀ ਇਹ ਜਿੰਨੀਆਂ ਵੀ ਵਿਗਿਆਨ ਤੇ ਟੈਕਨੋਲੋਜੀ ਦੇ ਖੇਤਰ ਵਿੱਚ ਸਾਡਾ ਕੰਡੀਆਂ ਕੀਆ ਹਨ ਜਾਂ ਅਵਿਸ਼ਕਾਰ ਕੀਤੇ ਗਏ ਹਨ ਇਹ ਅੰਤਖ ਲੋਕਾਂ ਦੀ ਮਿਹਰਬਾਨੀ ਸਦਕਾ ਹੀ ਹੋਂਦ ਵਿੱਚ ਆਏ ਹਨ ਇਹ ਗੱਲ ਬਿਲਕੁਲ ਸੱਚ ਹੈ ਕਿ ਅਸੀਂ ਸੋਚਦੇ ਹਾਂ ਕਿ ਸਾਡੇ ਕੋਲ ਕੁਝ ਨਹੀਂ ਅਸੀਂ ਇੱਕ ਆਮ ਇਨਸਾਨਾ ਜੋ ਮੱਧ ਵਰਗ ਨਾਲ ਸੰਬੰਧਿਤ ਹਾਂ ਸਿਰਫ ਉੱਚੇ ਤੇ ਅਮੀਰ ਲੋਕੀ ਸਫਲਤਾ ਪ੍ਰਾਪਤ ਕਰ ਸਕਦੇ ਹਨ ਪਰ ਜੇਕਰ ਇਸ ਦੀ ਸਭ ਤੋਂ ਮਹਾਨ ਉਦਾਹਰਣ ਡਾਕਟਰ ਅਬੁਲ ਕਲਾਮ ਜੀ ਦੀ ਹੈ ਜੋ ਮੱਧ ਵਰਗ ਪਰਿਵਾਰ ਨਾਲ ਸੰਬੰਧਿਤ ਸਨ ਪਰ ਆਪਣੇ ਹੌਂਸਲੇ ਨਾਲ ਉਹ ਦੇਸ਼ ਦੇ ਰਾਸ਼ਟਰਪਤੀ ਬਣੇ ਤੇ ਇਹੋ ਜਿਹੀ ਉਦਾਹਰਣ ਸਾਡੇ ਵਰਤਮਾਨ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦੀ ਵੀ ਹੈ ਸਾਡੀ ਸਫਲਤਾ ਸਾਫ਼ ਸੁਥਰੀ ਹੋਣੀ ਚਾਹੀਦੀ ਹੈ ਕਿਸੇ ਨੂੰ ਧੋਖਾ ਦੇ ਕੇ ਉਸ ਦਾ ਹੱਕ ਮਾਰ ਕੇ ਜਦੋਂ ਅਸੀਂ ਕੋਈ ਸਫਲਤਾ ਪ੍ਰਾਪਤ ਕਰਦੇ ਹਾਂ ਤਾਂ ਸਾਡੀਆਂ ਖੁਸ਼ੀਆਂ ਬਨੌਟੀ ਹੋ ਜਾਂਦੀਆਂ ਹਨ ਇੱਕ ਡਰ ਤੇ ਭੈ ਸਾਡੇ ਜਿਹਨ ਜਿਹਨ ਦਿਮਾਗ ਵਿੱਚ ਵੱੜ ਜਾਂਦਾ ਹੈ ਜੋ ਸਾਨੂੰ ਪੂਰੀ ਤਰ੍ਹਾਂ ਖੁਸ਼ ਨਹੀਂ ਹੋ ਦਿੰਦਾ ਅੱਜੇ ਖੁਸ਼ੀ ਪ੍ਰਾਪਤ ਕਰਨ ਵਾਲਿਆਂ ਦਾ ਹਸ਼ਰ ਵੀ ਮਾੜਾ ਹੁੰਦਾ ਹੈ ਆਓ ਅਸੀਂ ਇਸ ਨੂੰ ਪੂਰੇ ਵਿਸਥਾਰ ਨਾਲ ਸਮਝੀਏ ਕਿ ਇਹ ਵੀ ਗੱਲ ਸਾਥ ਹੈ ਕਿ ਸਾਡੀ ਸਫਲਤਾ ਸਾਫ਼ ਸੁਥਰੀ ਹੋਣੀ ਚਾਹੀਦੀ ਹੈ ਅਗਰ ਅਸੀਂ ਕਿਸੇ ਨੂੰ ਧੋਖਾ ਦੇ ਕੇ ਜਾਂ ਕਿਸੇ ਦਾ ਹੱਕ ਮਾਰ ਕੇ ਜਿੱਤ ਪ੍ਰਾਪਤ ਕਰਦੇ ਹਾਂ ਤਾਂ ਸਾਨੂੰ ਕਦੇ ਵੀ ਸੱਚੀ ਖੁਸ਼ੀ ਪ੍ਰਾਪਤ ਨਹੀਂ ਹੋ ਸਕਦੀ ਇਸੇ ਤਰ੍ਹਾਂ ਜੇਕਰ ਤੁਸੀਂ ਵੀ ਨਕਲ ਮਾਰ ਕੇ ਕਿਸੇ ਇਮਤਿਹਾਨ ਵਿੱਚੋਂ ਪਾਸ ਹੁੰਦੇ ਹੋ ਚੰਗੇ ਨੰਬਰ ਪ੍ਰਾਪਤ ਕਰਦੇ ਹੋ ਤਾਂ ਇਹ ਅਸਲ ਜਿੱਤ ਨਹੀਂ ਸਗੋਂ ਇਹ ਤੁਹਾਡੀ ਜਿੱਤ ਬਨੌਟੀ ਜਿੱਤ ਹੈ ਪਿਆਰੀ ਵਿਦਿਆਰਥੀਓ ਆਹੁਣ ਅਸੀਂ ਇਸ ਨਾਲ ਸੰਬੰਧਿਤ ਕੁਝ ਪ੍ਰਸ਼ਨ ਕਰੀਏ ਜਿਨ੍ਹਾਂ ਦਾ ਉੱਤਰ ਤੁਸੀਂ ਆਪਣੀ ਕਾਪੀ ਤੇ ਲਿਖਣਾ ਹੈ ਪ੍ਰਸ਼ਨ ਨੰਬਰ 1 ਇਬਰਾਹਿਮ ਲਿੰਕਨ ਕਿੰਨੇ ਸਾਲ ਦੀ ਉਮਰ ਵਿੱਚ ਅਮਰੀਕਾ ਦੇ ਰਾਸ਼ਟਰਪਤੀ ਚੁਣੇ ਗਏ ਪ੍ਰਸ਼ਨ ਨੰਬਰ 2 ਬਲਬ ਦੀ ਖੋਜ ਕਿਸ ਵਿਗਿਆਨੀ ਨੇ ਕੀਤੀ ਪ੍ਰਸ਼ਨ ਨੰਬਰ 3 ਕੀ ਸਾਨੂੰ ਅਸਫਲਤਾ ਆਉਣ ਤੇ ਘਬਰਾਉਣਾ ਚਾਹੀਦਾ ਹੈ ਹਾਂ ਜਾਂ ਨਾ ਵਿੱਚ ਉੱਤਰ ਲਿਖੋ ਪ੍ਰਸ਼ਨ ਨੰਬਰ 4 ਮਨੁੱਖ ਦਾ ਸਾਰਾ ਜੀਵਨ ਕੀ ਹੈ ਪ੍ਰਸ਼ਨ ਨੰਬਰ 5 ਇਸ ਪਾਠ ਵਿੱਚ ਦਿੱਤੇ ਭਾਰਤ ਦੀਆਂ ਦੋ ਮੁੱਖ ਸ਼ਖਸੀਅਤਾਂ ਦੀ ਉਦਾਹਰਨ ਦਿੱਤੀ ਗਈ ਹੈ ਉਹਨਾਂ ਦੇ ਨਾਂ ਲਿਖੋ ਇਸ ਤੋਂ ਅੱਗੇ ਸਹੀ ਮਿਲਾਨ ਕਰਨਾ ਹੈ ਤੁਹਾਨੂੰ ਕੁਝ ਨਾਮ ਦਿੱਤੇ ਜਾ ਰਹੇ ਹੈ ਉਸ ਨੂੰ ਸਾਹਮਣੇ ਸ਼ਬਦਾਂ ਨਾਲ ਤੁਸੀਂ ਮਿਲਾਨ ਕਰਕੇ ਲਿਖਣਾ ਹੈ ਇਬਰਾਹਿਮ ਲਿੰਕਨ ਥਾਮਸ ਐਡੀਸਨ ਸ਼੍ਰੀ ਨਰਿੰਦਰ ਮੋਦੀ ਜੀ ਡਾਕਟਰ ਏ ਪੀ ਜੇ ਅਬੁਲਕਾਮ ਸਫਲਤਾ ਇਸ ਦੇ ਸਾਹਮਣੇ ਦਿੱਤੇ ਸਹੀ ਸ਼ਬਦਾਂ ਨੂੰ ਮਿਲਾਨ ਕਰਕੇ ਆਪਣੀ ਕਾਪੀ ਤੇ ਲਿਖਣਾ ਹੈ ਧੰਨਵਾਦ ਖੁਸ਼ ਰਹੋ ਤੰਦਰੁਸਤ ਰਹੋ